ਹੈਲੋ ਟੂ एवरीवन ਵਾਂਸ ਅਗੇਨ ਆਈ ਵੈਲਕਮ ਯੂ ਆਲ ਐਂਡ ਅੱਜ ਮੈਂ ਗੱਲ ਕਰੂੰਗੀ ਕਿ ਤੁਸੀਂ ਆਪਣੇ ਇਨਸਪੈਕਸ਼ਨ ਪਰਫਾਰਮ ਮੈਨੂੰ ਲੈ ਕੇ ਸਪੈਸ਼ਲੀ ਪੰਜਾਬੀ ਜਿਹੜੇ ਬੱਚਿਆਂ ਦੀ ਜਾਂਦੀ ਹੈ ਇਸ ਗਰੁੱਪ ਨੇ ਅਗਰ ਤੁਸੀਂ ਟੈਨਸ਼ਨ ਦੇ ਵਿੱਚ ਹੋ ਤਾਂ ਮੈਂ ਤੁਹਾਨੂੰ ਪੂਰਾ ਪ੍ਰੋਸੈਸ ਇੱਕ ਵਾਰ ਦੱਸ ਦੇਣੀ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਫਾਈਲ ਰੈਡੀ ਕਰਨੀ ਹੈ ਸੋ ਮੈਨੂੰ ਇੱਕ ਬੱਚੇ ਨੇ ਰਿਕਵੈਸਟ ਕੀਤੀ ਸੀ ਪੰਜਾਬੀ ਦੇ ਕੈਂਡੀਡੇਟ ਨੂੰ ਸੋ ਮੈਂ ਉਹਦੇ ਲਈ ਹੀ ਵੀਡੀਓ ਬਣਾ ਰਹੀ ਹਾਂ ਸੋ ਠੀਕ ਹੈ ਐਂਡ ਅਸਾਮੀ ਸੰਬੰਧੀ ਇਹਦੇ ਵਿੱਚ ਕੀ ਹੈ ਕਿ ਤੁਸੀਂ ਪੰਜਾਬੀ 'ਚ ਫਿਲ ਕਰੋ ਇੰਗਲਿਸ਼ 'ਚ ਫਿਲ ਕਰੋ ਕੋਈ ਟੈਨਸ਼ਨ ਦੀ ਗੱਲ ਨਹੀਂ ਹੈ ਠੀਕ ਹੈ ਬਟ ਹਾਂ ਤੁਸੀਂ ਪੰਜਾਬੀ ਦੇ ਹੀ ਐਂਟੀ ਡੇਟੋ ਕਿਉਂਕਿ ਤੁਸੀਂ ਪੰਜਾਬੀ ਦੇ ਵਿੱਚ ਫਿਲ ਵੀ ਕਰ ਲੋਗੇ ਤਾਂ ਕੋਈ ਨਹੀਂ ਟੈਨਸ਼ਨ ਦੀ ਗੱਲ ਨਹੀਂ ਹੈ ਠੀਕ ਹੈ ਔਰ ਸਕਰੂਟਨੀ ਆਪਣੀ ਫਾਈਲ ਕਿਵੇਂ ਰੈਡੀ ਕਰਨੀ ਹੈ ਇਹ ਵੀ ਮੈਂ ਤੁਹਾਨੂੰ ਦੱਸ ਦੂੰਗੀ ਸੋ ਪਹਿਲੇ ਇਨਸਪੈਕਸ਼ਨ ਪਰਫਾਰਮੇ ਦੀ ਗੱਲ ਕਰ ਲੈਂਦੇ ਕਿਦਾਂ ਫਿਲ ਕਰਨਾ ਹੈ ਤੁਹਾਡੀ ਫਾਈਲ ਦੇ ਵਿੱਚ ਸਭ ਤੋਂ ਪਹਿਲਾਂ ਇਹ ਹੀ ਲੱਗੇਗਾ ਇਹ ਪੰਜ ਪੇਜਾਂ ਦਾ ਇੱਕ ਜਿਹੜਾ ਫਾਰਮ ਹੈ ਇਹ ਉਹ ਹੈ ਐਂਡ ਤੁਸੀਂ ਇੱਥੇ ਪਹਿਲੇ ਆਪਣੀ ਪਿਕ ਲਗਾ ਦਿਓ ਠੀਕ ਹੈ ਅਸਾਮੀ ਦਾ ਨਾਮ ਤੁਸੀਂ ਇੱਥੇ ਲਿਖ ਦਿਓ ਮਾਸਟਰ ਕੈਡਰ ਐਂਡ ਅਪਲਾਈ ਕਰਨ ਦਾ ਸਾਲ ਦੈਨ ਲਿਖਤਾਏ ਇਥੇ ਮਾਸਟਰ ਕੈਡਰ ਦੈਨ ਇੱਥੇ ਅਪਲਾਈ ਕਰਨ ਦਾ ਸਾਲ ਆਏਗਾ ਅਪਲਾਈ ਕਰਨ ਦਾ ਸਾਲ ਜਿਵੇਂ 2020 ਵਿੱਚ ਆਪਾਂ ਅਪਲਾਈ ਕੀਤਾ ਸੀ ਐਂਡ ਵਿਸ਼ਾ ਤੁਹਾਡਾ ਪੰਜਾਬੀ ਹੈ ਤੁਸੀਂ ਇੱਥੇ ਪੰਜਾਬੀ ਫਿਲ ਕਰ ਦਿਓ ਓਕੇ ਦੈਨ ਵੀ ਵੈਗੀ ਟੈਸਟ ਵਿੱਚ ਪ੍ਰਾਪਤੰਕਾ ਦਾ ਵੇਰਵਾ ਠੀਕ ਹੈ ਰਜਿਸਟ੍ਰੇਸ਼ਨ ਨੰਬਰ ਤੁਹਾਡੇ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਹਦੇ ਥੱਲੇ ਦੇ ਪਾਸੇ ਲਿਖਿਆ ਹੁੰਦਾ ਹੈ ਔਰ ਜਿੱਥੋਂ ਵੀ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਦੇਖ ਲਓ ਠੀਕ ਹੈ ਔਰ ਰੋਲ ਨੰਬਰ ਤੁਹਾਡੇ ਐਡਮਿਟ ਕਾਰਡ ਦੇ ਉੱਤੇ ਤੁਹਾਡਾ ਰੋਲ ਨੰਬਰ ਲਿਖਿਆ ਹੋਏਗਾ ਥੈਨ ਟੈਸਟ ਵਿੱਚ ਤੁਹਾਡੇ ਮਾਸਟਰ ਕੈਟ ਦੇ ਵਿੱਚ ਕਿੰਨੇ ਮਾਰਕਸ ਆਏ ਨੇ ਟੋਟਲ ਜਿਵੇਂ 128 121 30 ਜਿੰਨੇ ਤੁਹਾਡੇ ਮਾਰਕਸ ਆਏ ਨੇ ਉਹ ਲਿਖ ਦਿਓ ਇੱਥੇ ਠੀਕ ਹੈ ਆਪਣੇ ਮਾਰਕਸ ਫਿਲ ਕਰ ਦੋ देन ਤੁਸੀਂ ਬੈਂਕ ਦਾ ਨੇਮ ਜਿੱਥੇ ਤੁਸੀਂ ਫੀਸ ਜੀ ਪੋਜ਼ਿਟ ਕਰਾਈ ਹੈ ਲਾਈਕ ਪੀ ਐਨ ਬੀ ਠੀਕ ਹੈ ਐਂਡ ਇਹ ਤੁਸੀਂ ਆਪਣਾ ਚਲਾਨ ਜਦੋਂ ਸਾਹਮਣੇ ਰੱਖੋਗੇ ਤੁਹਾਡੇ ਕਾਲ ਹੋਏਗਾ ਉੱਥੋਂ ਹੀ ਦੇਖ ਲੈਣਾ ਕਿ ਪੀ ਐਨ ਬੀ ਰਾਸ਼ੀ ਤੁਸੀਂ ਕਿੰਨੀ ਡਿਪੋਜ਼ਿਟ ਕਰਾਈ ਹੈ 1000 ਕਰਵਾਈ ਹੈ ਫੀਸ ਪਰ ਅੰਤਿਮਿਤੀ ਕੀ ਸੀ ਉੱਥੇ ਸਟੈਂਪ ਲੱਗੀ ਹੋਈ ਹੈ ਉਹਦੇ ਉੱਤੇ ਡੇਟ ਲਿਖੀ ਹੋਈ ਹੈ ਉੱਥੋਂ ਦੇਖ ਕੇ ਤੁਸੀਂ ਡੇਟ ਫਿਲ ਕਰ ਦੇਣਾ ਚਲਾਨ ਨੰਬਰ ਤੁਹਾਡਾ ਐਮ ਕਰਕੇ ਸ਼ੁਰੂ ਹੁੰਦਾ ਹੈ ਉਹ ਤੁਹਾਡਾ ਚਲਾਨ ਨੰਬਰ ਹੋਏਗਾ ਤੁਸੀਂ ਉਹ ਫਿਲ ਕਰ ਦੇਣਾ देन ਕੈਟਾਗਰੀ ਤੁਹਾਡੀ ਕਿਹੜੀ ਹੈ जो तीन फ्रीडम फाइटर तो किया है एससी बी सी या जनरल जो भी थोड़ी कास्ट है तो फिल करोंगे नैक्सट मूव ऑन कि आप कैटेगरीवा कॉलम है उम्मीदवार नाम बारे ठीक है अच्छा तुम्हें अपना पूरा बा, बायो बायोडाटा लिखना है जिमें कि नाम ठीक है जो भी थोड़ा नाम है तुम ओ फिल करोंगे ओके इत्थे ਤੁਸੀਂ ਆਪਣਾ ਨਾਮ ਜੋ ਵੀ ਤੁਹਾਡਾ ਹੈ ਉਹ ਫਿਲ ਕਰੋਗੇ देन ਪਿਤਾ ਦਾ ਨਾਮ ਫਿਲ ਕਰੋਗੇ ਉਸ ਤੋਂ ਬਾਅਦ ਆਪਣੀ ਮੰਮਾ ਦਾ ਨਾਮ ਜੋ ਵੀ ਐ ਸਾਰਾ ਕੁਝ ਤੁਸੀਂ ਆਪਣੀ ਦਸਵੀਂ ਦੇ ਸਰਟੀਫਿਕੇਟ ਤੋਂ ਦੇਖ ਕੇ ਫਿਲ ਕਰੋਗੇ ਤਾਂ ਜ਼ਿਆਦਾ ਬੈਟਰ ਰਹੇਗਾ ਠੀਕ ਹੈ ਕਿਉਂਕਿ ਉਹਨਾਂ ਨੇ ਮੈਚ ਕਰਨਾ ਹੈ ਉਹ ਤੁਹਾਡੀ ਦਸਵੀਂ ਦੇ ਸਰਟੀਫਿਕੇਟ ਦੇ ਨਾਲ ਜਿਹੜਾ ਜਿਹੜਾ ਸਰਟੀਫਿਕੇਟ ਰੱਖੀ ਜਾਊਂਗੀ ਉਹਨਾਂ ਨੇ ਦਸਵੀਂ ਦੇ ਨਾਲ ਹੀ ਤੁਹਾਡਾ ਸਾਰਾ ਮੈਚ ਕਰ ਲੈਣਾ देन ਤੁਹਾਡੀ ਜਨਮ ਮਿਤੀ ਜਿੰਨੀ ਵੀ ਤੁਹਾਡੀ ਬੰਦੀ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਏਜ ਕੈਲਕੂਲੇਟਰ ਤੇ ਜਾਓ ਏਜ ਕੈਲਕੂਲੇਟਰ Google ਤੇ ਸਰਚ ਮਾਰੋਗੇ ਨਾ ਉੱਥੇ ਹੀ ਆ ਜਾਏਗਾ ਤੇ ਉੱਥੇ ਤੁਸੀਂ ਆਪਣੀ ਡੇਟ ਆਪਣੇ ਜਨਮ ਦੀ ਡੇਟ ਆ ਵਾਲੀ ਤੇ ਜਿਹੜੀ ਆ ਜਿਹੜੀ ਲਿਖੀ ਹੋਈ ਆ 112020 ਇਹ ਲਿਖੋਗੇ ਉਸ ਤੋਂ ਬਾਅਦ ਸਰਚ ਕਰੋਗੇ ਤਾਂ ਤੁਹਾਡੀ ਜਿਹੜੇ ਆ ਸਾਲ ਮਹੀਨਾ ਔਰ ਦਿਨ ਕੱਢ ਕੇ ਦੇ ਦੇਗਾ ਉਥੋਂ ਤੁਸੀਂ ਫਿਲ ਕਰ ਲੈਣਾ ਥੈਨ ਤੁਸੀਂ ਆਪਣਾ ਜਿਹੜਾ ਜੈਂਡਰ ਹੈ ਲਿੰਗ ਪੁਰਸ਼ ਔਰਤ ਕੀ ਹੈ ਉਹ ਲਿਖ ਦੋਗੇ ਉਸ ਤੋਂ ਬਾਅਦ ਤੁਸੀਂ ਆਪਣਾ ਪੱਕਾ ਪਤਾ ਜੋ ਵੀ ਤੁਹਾਡੇ ਰੈਜ਼ੀਡੈਂਸ ਪ੍ਰੂਫ ਦੇ ਉੱਤੇ ਲਿਖਿਆ ਹੋਇਆ ਜਾਂ ਫਿਰ ਉਹ ਵਾਲਾ ਫਿਲ ਕਰ ਦਿਓ ਜਾਂ ਆਪਣੇ ਧਾਰ卡ਰ ਤੋਂ ਦੇਖ ਕੇ ਫਿਲ ਕਰ ਦਿਓ ਠੀਕ ਹੈ ਉਸ ਤੋਂ ਬਾਅਦ ਆਪਣਾ ਜ਼ਿਲ੍ਹਾ ਜਿਵੇਂ ਲੁਧਿਆਣਾ ਹੈ ਤੁਹਾਡਾ ਜ਼ਿਲ੍ਹਾ या फिर थोड़ा ज़िला जिमें जी संर है वह फिल कर दो या थोड़ा जिला पटियाला है उसना फिल कर दो बाद अपना मोबाइल नंबर इतने दे दोगे ओके तो अपनी अपना ईमेल एड्रेस इधर दे अपने इतने हस्ताक्षर करोगे इतने अपने अंगूठा लगाओगे लैफ्ट राइट का कोई चक्कर नहीं जो मर्जी लगा दो बट फिर भी तुम्हें ज़्यादा कॉन्शियस होगा तो तो गर्ल्स राइट लगा दें बॉयज़ लैफ्ट लगा दें अदरवाइज़ मैं पहले कह रही कि ग कोई इशू नहीं है बस तुम जे ਜਾਦਾ ਹੀ ਜਾਣਿਓ ਕਿ ਜਿਆਦਾ ਪਤਾ ਤੁਸੀ ਉਹਦੇ ਥੱਲੇ ਲਿਖ ਵੀ ਸਕਦੇ ਹੋ ਕਿ ਹਾਂਜੀ ਲੈਫਟ ਹੈ ਕਿ ਰਾਈਟ ਹੈ ਕੋਈ ਇਸ਼ੂ ਨਹੀਂ ਜਿਹੜਾ ਮਰਜੀ ਲਾਓ ਬਟ ਗਰਲਸ ਅਗਰ ਤੁਸੀ ਚਾਹਨੀ ਹੋ ਜਿਆਦਾ ਕੌਨਸ਼ੀਅਸ ਹੋ ਤਾਂ ਗਰਲਸ ਰਾਈਟ ਲਗਾ ਦੇ ਤੇ ਬॉयज ਰਾਈਟ ਲਗਾ ਲੈਫਟ ਲਗਾ ਦੇਣ ਓਕੇ ਨੈਕਸਟ ਅਪਾ ਦੂਜੇ ਪੇਜ ਤੇ ਮੂਵ ਕਰਦੇ ਆਂ ਸੈਕੰਡਲੀ ਤੁਸੀ ਆਪਣੇ ਅੰਕਾ ਦਾ ਵੇਰਵਾ ਦੇਣਾ ਹੈ ਜਿਵੇਂ ਕਿ ਤੁਸੀ ਕੁੱਲ ਅੰਕ ਜਿਹੜੇ ਨੇ ਆਪਣੇ ਕਿੰਨਿਆਂ ਵਿੱਚੋ ਟੈਸਟ ਹੋਇਆ ਸੀ ਉਹ ਭਰੋਗੇ ਕਿ 150 ਦੇ ਵਿੱਚੋ ਟੈਸਟ ਹੋਇਆ ਸੀ ਪੀਐਸਟ ਦਾ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਪ੍ਰਾਪਤ ਅੰਕੋ ਦੇ ਵਿੱਚੋ ਕਿੰਨੇ ਆਏ ਹਨ ਲਗਾ ਲਓ ਤੁਹਾਡੇ ਮੰਨ ਲਓ 100 ਆਏ ਨੇ ਜਾਂ 120 ਆਏ ਨੇ ਉਹ ਲਿਖ ਦੋਗੇ ਪਾਸ ਕਰਨ ਦਾ ਸਾਲ ਉੱਥੇ ਤੁਹਾਡੇ ਸਰਟੀਫਿਕੇਟ ਉੱਤੇ ਲਿਖਿਆ ਹੁੰਦਾ ਪਹਿਲੀ ਗੱਲ ਤਾਂ ਜੇ ਤੁਹਾਡੇ ਨਹੀਂ ਲਿਖਿਆ ਹੋਇਆ ਤਾਂ ਤੁਸੀਂ ਨਾ ਥੱਲੇ ਪਾਸੇ ਇਨਸਟਰਕਸ਼ਨ ਜਿੱਧਰ ਲਿਖਿਆ ਹੁੰਦੇ ਨੇ ਕਿ 7 ਸਾਲ ਤੱਕ ਹੀ ਵੈਲਿਡ ਹੈ ਉੱਥੇ ਇਹ ਲਿਖਿਆ ਹੁੰਦਾ ਕਿ ਇਸ ਬੱਚੇ ਨੇ ਇਸ ਸਾਲ ਵਿੱਚ ਕਲੀਅਰ ਕੀਤਾ ਹੈ ਠੀਕ ਹੈ ਔਰ ਪਾਸ ਕੀਤਾ ਹੈ ਉਹ ਤਾਂ ਉਹ ਤੁਸੀਂ ਇੱਥੇ ਭਰ ਦੇਣਾ ਜੋ ਤੁਹੋ ਦੇਖ ਕੇ ਕਰਨਾ ਉਸ ਤੋਂ ਫਿਰ ਕਰ ਦਿਓ ਕੋਈ ਚੱਕਰ ਨਹੀਂ ਆ ਉਸ ਤੋਂ ਬਾਅਦ ਵਿਦਿਆ ਯੋਗਤਾਵਾਂ ਆਂਦੀਆਂ ਨੇ ਤੁਹਾਡੀਆਂ ਵਿਦਿਆ ਯੋਗਤਾਵਾਂ ਦੇ ਵਿੱਚ ਪਹਿਲੇ ਤੁਸੀਂ ਲੜੀ ਨੰਬਰ ਲੀਹ ਦੇਣਾ 1 2 3 4 ਹੀ ਨਹੀਂ ਇੱਥੇ ਤੇ ਤੁਸੀਂ ਇੱਥੇ ਆਪਣੀ 10ਵੀਂ ਦਦਾ 10ਵੀਂ ਲਿਖ ਦੇਣਾ ਠੀਕ ਹੈ ਨਾ ਜਿੱਦਾਂ ਮਰਜ਼ੀ ਤੁਹਾਡਾ ਦਿਲ ਕਰੇ ਉਦਾਂ ਇਦਾਂ ਵੀ ਲਿਖ ਸਕਦੇ ਹੋ ਕੋਈ ਇਸ਼ੂ ਨਹੀਂ ਹੈ ਬਹੁਤ ਕਨਫਿਊਜ਼ ਹੋ ਜਾਂਦੇ ਬੱਚੇ ਤਾਂ 10ਵੀਂ ਐਵੇਂ ਲਿਖ ਦਿਓ ਭਾਵਾਂ ਦੀ ਜਿਹੜਾ ਤੁਹਾਡਾ ਦਿਲ ਕਰਦਾ ਉਵੇਂ ਲਿਖ ਦਿਓ 10ਵੀਂ ਲਿਖ ਦਿਓ 12ਵੀਂ ਲਿਖ ਦਿਓ ਠੀਕ ਹੈ ਨਾ ਆਪਣੀ ਇੱਥੇ BE ਲਿਖ ਦਿਓ ਠੀਕ ਹੈ ਨਾ ਇਸ ਤੋਂ ਬਾਅਦ ਇੱਥੇ ਆਪਣੀ BE ਲਿਖ ਦਿਓ ਕਿ BEC ਸੀ ਮੇਰੀ ਓਕੇ ਕੋਈ ਇਸ਼ੂ ਨਹੀਂ ਜਿਦਾ ਮਰਜੀ ਬਸ ਸਹੀ ਤਰ੍ਹਾਂ ਫਿਲ ਕਰ ਦਿਓ ਕਿ ਸਾਰਾ ਕੁਝ ਸਮਝ ਆ ਜਵੇ ਇਸ ਤਰ੍ਹਾਂ ਸਮਝਣ ਵਾਲਾ ਚੀਜ਼ ਹੋਣੀ ਚਾਹੀਦੀ ਹੈ ਸਮਝ ਆਣੀ ਚਾਹੀਦੀ ਹੈ ਉਸ ਤੋਂ ਬਾਅਦ ਇੱਥੇ ਆਪਣੀ ਜਿਹੜੀ ਵੀ ਜਿਵੇਂ ਕਿ ਸੰਸਥਾ ਯੂਨੀਵਰਸਿਟੀ ਤਾਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਆਪਣੀ ਇੱਥੇ PSEB ਜਿਵੇਂ ਕਿ ਆਪਾਂ ਜਿਹੜਾ ਆਪਣੀ ਸਕੂਲ ਦੀਆਂ ਕਲਾਸਾਂ ਹੁੰਦੀਆਂ ਨੇ ਉਹ PSEB ਮੰਨੀ ਜਾਂਦੀਆਂ ਨੇ ਔਰ ਆਪਣੀ ਜਿਹੜੇ ਸੰਸਥਾ ਯੂਨੀਵਰਸਿਟੀ ਆ ਉਹ ਆਪਣੀ PU ਚੰਡੀਗੜ੍ਹ ਮੰਨੀ ਜਾਂਦੀ ਹੈ ਤਾਂ PU ਚੰਡੀਗੜ੍ਹ ਭਰ ਦੇਣਾ ਠੀਕ ਹੈ ਜੇ ਤੁਸੀਂ ਪੰਜਾਬੀ ਦੇ ਵਿੱਚ ਹੋਰ ਖੋਲ ਕੇ ਲਿਖਣਾ ਚਾਹੁੰਦੇ ਹੋ ਤਾਂ ਉਦਾਂ ਲਿਖ ਦਿਓ ਕੋਈ ਚੱਕਰ ਨਹੀਂ ਹੈ ਉਸ ਤੋਂ ਬਾਅਦ ਵਿਦਿਆਖਸ਼ਣ ਪੁੱਛਣਗੇ ਤਾਂ ਵਿਦਿਆਖਸ਼ਣ ਦੇ ਵਿੱਚ ਤੁਸੀਂ ਜਿਵੇਂ 2000 9 10 ਦੇ ਵਿੱਚ ਕਲੀਅਰ ਕੀਤੀ ਹੈ ਜਿਸ ਵਿੱਚ ਕਲੀਅਰ ਕੀਤੀ ਉਸ ਤੋਂ ਇੱਕ ਪਹਿਲੇ ਦਾ ਸਾਲ ਇਹ ਦਾ ਚੋਣ 9 10 ਜਿਵੇਂ ਤੁਸੀਂ ਆਪਣੀ ਮੰਨ ਲਓ ਬੀਏ ਡੈਪ ਤੁਸੀਂ 2013 फिफ्टीन द्लीयर किया तो जो सैशन से या फिर तुम अपनी एम बी एड क्लीयर की है टू थाउजेंड फिफ्टीन एटीन क्लीयर की है इस तरह करके मतलब लिख देना तीन साल की अपनी बी एड ही ए होंगी है तो उस तरह दो हज़ार बारह तो पंद्रह बनेगा और इतने पंद्रह तो अठारह इदा लगा लो ना? है ना कि बी एड की है बी ए की है जिस तरह भी की है सैशन अपने लिख देने उस तो बाद अपने पोस्ट न संबंधित विषय जो पढ़े हैं ਤੁਸੀਂ ਪੋਸਟ ਨਾਲ ਸੰਬੰਧਿਤ ਲਿਖਣੀ ਹੈ ਤਾਂ ਇੰਗਲਿਸ਼ ਮੰਨ ਲਓ ਕੀਤੀ ਹੈ ਜਾਂ ਪੰਜਾਬੀ ਕੀਤੀ ਚਲੋ ਪੰਜਾਬੀ ਜਿਵੇਂ ਕਿ ਪੰਜਾਬੀ ਕੀਤੀ ਤਾਂ ਪੰਜਾਬੀ ਹੋ ਗਈ ਠੀਕ ਹੈ ਇੱਕੋ ਹੀ ਵਿਸ਼ਾ ਪੜ੍ਹਦੇ ਆ ਇੱਥੇ ਵੀ ਪੰਜਾਬੀ ਫੀਲ ਕਰ ਦਿਓ ਕਿ ਇੱਕੋ ਹੀ ਵਿਸ਼ਾ ਪੜਾਇਆ ਇੱਥੇ ਪੰਜਾਬੀ ਕਰ ਦਿਓ ਜੇ ਤੁਸੀਂ ਇਲੈਕਟਿਵ ਪੰਜਾਬੀ ਕੀਤੀ ਹੈ ਤਾਂ ਜ਼ਰੂਰ ਮੈਂਸ਼ਨ ਕਰਨਾ ਹੈ ਕਿ ਇਲੈਕਟਿਵ ਪੰਜਾਬੀ ਠੀਕ ਹੈ ਜਨਰਲ ਪੰਜਾਬੀ ਇਲੈਕਟਿਵ ਪੰਜਾਬੀ ਇਦਾਂ ਮੈਂਸ਼ਨ ਕਰ ਦਿਓ ਔਰ ਇੱਦੇ ਤੁਸੀਂ ਬੀਅਰਡ ਦੇ ਵਿੱਚ ਤੁਸੀਂ ਪੰਜਾਬੀ ਸਬਜੈਕਟ ਸੀ ਤੁਹਾਡਾ ਤਾਂ ਪੰਜਾਬੀ ਕਰ ਦਿਓ ਠੀਕ ਹੈ ਦੈਨ ਦੈਨ ਆਊਗਾ ਤੁਹਾਡਾ ਕਿ ਤੁਸੀਂ ਰੈਗੂਲਰ ਕੀਤੀ ਹੈ ਡਿਸਟੈਂਸ ਕੀਤੀ ਹੈ ਤਾਂ ਤੁਸੀਂ ਓਬਵੀਅਸਲੀ ਕਹੋਗੇ ਕਿ ਅਸੀਂ ਜੀ ਰੈਗੂਲਰ ਕੀਤੀ ਹੈ ਜਾਂ ਡਿਸਟੈਂਸ ਜੋ ਵੀ ਤੁਸੀਂ ਕੀਤੀ ਹੈ ਉਹ ਤੁਸੀਂ ਉੱਥੇ ਫਿਲ ਕਰ ਦੇਣਾ ਹੈ ਰੈਗੂਲਰ ਹੈ ਜਾਂ ਡਿਸਟੈਂਸ ਹੈ ਠੀਕ ਹੈ ਜਾਂ ਪ੍ਰਾਈਵੇਟ ਹੈ ਜੋ ਵੀ ਹੈ ਇਹਨਾਂ ਤਿੰਨਾਂ ਵਿੱਚੋਂ ਇੱਥੇ ਫਿਲ ਕਰ ਦੇਣਾ ਹੈ ਦੈਨ ਤੁਹਾਡੀ ਪਾਸ ਕਰਨ ਦੀ ਮਿਤੀ ਡੀਐਮਸੀ ਅਨਸਰ ਡੀਐਮਸੀ ਹੋਊਗੀ ਤੁਹਾਡੀ ਉਹਦੇ ਨਾਲ ਇੱਥੇ ਕੋਨੇ ਦੇ ਉੱਤੇ ਲਿਖੀ ਹੁੰਦੀ ਹੈ ਕਿ ਬੱਚੇ ਨੇ ਕਿਹੜੇ ਸਾਲ ਵਿੱਚ ਪਾਸ ਕੀਤੀ ਹੈ ਉਹ ਪੂਰੀ ਡੇਟ ਪੂਰੀ ਦੀ ਪੂਰੀ ਡੇਟ ਤੁਸੀਂ ਇੱਥੇ ਮੈਂਸ਼ਨ ਕਰ ਦੇਣੀ ਹੈ ਕਿ ਹਾਂਜੀ 2 3 2010 12 ਇਹ ਜਿੱਦਾਂ ਵੀ ਹੈ ਉੱਥੇ ਲਿਖਿਆ ਹੋਊਗਾ ਉਹ ਤੁਸੀਂ ਉਦਾਂ ਫਿਲ ਕਰ ਦੇਣਾ ਹੈ ਦੈਨ ਉਸ ਤੋਂ ਬਾਅਦ ਆਂਦੀ ਤੁਹਾਡੇ ਪ੍ਰਾਪਤ ਅੰਕ ਪ੍ਰਾਪਤ ਇੱਥੇ ਲਿਖਿਆ ਹੈ ਡੀ ਐਮ ਸੀ ਦੇ ਅਨਸਾਰ ਠੀਕ ਹੈ ਧਿਆਨ ਰੱਖਿਓ ਉਸ ਤੋਂ ਬਾਅਦ ਪ੍ਰਾਪਤ ਅੰਕ ਪ੍ਰਾਪਤ ਅੰਕ ਤੁਹਾਡੇ ਤੇ ਕੁੱਲ ਅੰਕ ਠੀਕ ਹੈ ਜਿੰਨਿਆਂ ਵਿੱਚੋਂ ਮੈਕਸਿਮ ਮੰਨ ਲਓ 850 ਦੇ ਵਿੱਚੋਂ ਸੀਗੇ ਤੇ ਤੁਹਾਡੇ 600 ਆਏ ਸੁਪੋਜ਼ ਕਰ ਲਓ ਤੇ ਤੁਸੀਂ ਇਸ ਤਰ੍ਹਾਂ ਆਪਣੇ ਆਪਣੇ ਫਿਲ ਕਰ ਦੇਣੇ ਨੇ ਤੇ ਆਹ ਦੇਖੋ ਹੁਣ ਇੱਥੇ ਇਸ ਤਰ੍ਹਾਂ ਤੁਸੀਂ ਸਾਰੇ ਫਿਲ ਕਰਕੇ ਇੱਥੇ ਲਿਖਿਆ ਹੈ ਕੁੱਲ ਪ੍ਰਤੀਸ਼ਤਤਾ ਦਸ਼ਮਲਵ ਤੋਂ ਬਾਅਦ ਚਾਰ ਅੰਕਾਂ ਵੀ ਜਿਵੇਂ ਕਿ ਤੁਸੀਂ ਨਾ ਜਦੋਂ ਕੈਲਕੂਲੇਟਰ ਤੇ ਕਾਊਂਟ ਕਰੋਗੇ ਤਾਂ ਤੁਸੀਂ ਚਾਰ ਜਿਵੇਂ ਕਿ ਮੰਨੋ 75% ਨੇ ਉਸ ਤੋਂ ਬਾਅਦ ਦਸ਼ਮਲਵ ਤੋਂ ਬਾਅਦ ਚਾਰ ਅੰਕ ਜਿਵੇਂ ਕਿ ਤੁਹਾਡੇ 3555 ਸਪੋਸ ਇਦਾਂ ਆ ਰਿਹਾ ਪੂਰਾ ਇਦਾਂ ਮੈਂਸ਼ਨ ਕਰ ਦੇਣਾ ਠੀਕ ਹੈ ਆ ਦਸ਼ਮਲਵ ਤੋਂ ਬਾਅਦ ਚਾਰ ਅੰਕ ਹੋਗੇ ਨੈਕਸਟ ਤੁਸੀਂ ਵਿਸ਼ੇਸ਼ ਕਥਨ ਦੇ ਵਿੱਚ ਕੁਝ ਨਾ ਲਿਖਣਾ ਵੈਸੇ ਤਾਂ ਇਹਨੂੰ ਛੱਡ ਦਿਓ ਉਸ ਤੋਂ ਬਾਅਦ ਹੈ ਪੰਜਾਬੀ ਉਸ ਤੋਂ ਬਾਅਦ ਹੈ ਪੰਜਾਬੀ ਪਾਸ ਵਿਸ਼ੇ ਸੰਬੰਧੀ ਪਾਸ ਵਿਸ਼ੇ ਸੰਬੰਧੀ ਤੁਸੀਂ ਦਸਵੀਂ ਲਿਖ ਦਿਓ ਇੱਥੇ बारहवीं भी लिख सकते हो पर दसवीं ज़्यादा वैलिड मनी जाती तो लिख देना इत कि दसवीं ठीक है ना उस तो बाद लिख देना पास कर मिति जो भी सी थी जिमें टू थाउजेंड नाइन टू थाउजेंड टैन जो भी है उस तो बाद किस बोर्ड तो की है पी एस ई बीब स्कूल एजुकेशनल बोर्ड ठीक है ये हो गया उस तो बाद अपना रेजिडेंशियल सर्टिट जोमीसल जो भी है वो इत सीरीयल नंबर करके लिखा होगा तोफिट के उत्तर लभ लिये सीरीयल नंबर वो इतने फिल करना है ਠੀਕ ਹੈ ਉਤਵਾ ਸਰਟੀਫਿਕੇਟ ਜਾਰੀ ਕਰਨ ਦੀ ਮਿਤੀ ਤੁਹਾਡੇ ਇਸ਼ੂਐਂਸ ਡੇਟ ਤੁਹਾਡੇ ਸਰਟੀਫਿਕੇਟ ਉੱਤੇ ਲਿਖੀ ਹੋਏਗੀ ਉੱਥੋਂ ਜਾ ਕੇ ਤੁਸੀਂ ਦੇਖ ਲੈਣਾ ਹੈ ਕਿ ਤੁਹਾਡੇ ਇਸ਼ੂ ਕਰਨ ਦੀ ਡੇਟ ਕਿਹੜੀ ਹੈ ਉਹ ਤੇ ਉਹਦੀ ਅਧਿਕਾਰੀ ਦਾ ਅਹੁਦਾ ਜਿਵੇਂ ਕਿ ਤਹਿਸੀਲਦਾਰ ਹੈ ਤੁਸੀਂ ਉਹ ਫਿਲ ਕਰ ਦੇਣਾ ਕਿ ਤਹਿਸੀਲਦਾਰ ਨੇ ਕੀਤਾ ਜਾਂ ਨਾਇਬ ਤਹਿਸੀਲਦਾਰ ਜੋ ਵੀ ਹੈ ਉਸ ਤੋਂ ਬਾਅਦ ਜਾਰੀ ਸਰਟੀਫਿਕੇਟ ਦਾ ਕਤ ਸਥਾਨ ਸਥਾਨ ਕਿਹੜਾ ਜਿੱਥੇ ਤੁਸੀਂ ਰਹਿੰਦੇ ਹੋ ਲਾਈਕ ਤੁਸੀਂ ਫਜ਼ਿਲਕਾ ਰਹਿੰਦੇ ਹੋ ਫਜ਼ਿਲਕਾ ਜੇ ਤੁਸੀਂ ਜਿੱਥੇ ਵੀ ਰਹਿੰਦੇ ਹੋ ਮਤਲਬ ਪਟਿਆਲਾ ਦਾ ਉੱਥੇ ਦਾ ਉਸ ਤੋਂ ਬਾਅਦ ਠੀਕ ਹੈ ਆਹ ਦੋ ਤੁਸੀਂ ਫਿਲ ਨਹੀਂ ਕਰਨੇ ਓਕੇ ਬਸ ਇੱਟੱਕ ਉਸ ਚਾਰ ਕਾਲਮ ਫਿਲ ਕਰਨੇ ਨੇ ਉਸ ਤੋਂ ਬਾਅਦ ਤੁਹਾਡੀ ਐਸਸੀ ਜੋ ਵੀ ਕੈਟਾਗਰੀ ਹੈ ਤੁਹਾਡੀ ਐਮਬੀਆ ਜਾਂ ਆਰਓ ਹੈ ਵਿਮੁਖਤ ਜਾਤੀ ਜੋ ਵੀ ਹੈ ਤੁਹਾਡੀ ਫਿਰ ਜਾਰੀ ਕਰਨ ਦੀ ਇਸ਼ੂ ਐਂਡ ਡੇਟ ਅਧਿਕਾਰੀ ਦਾ ਨਾਮ ਠੀਕ ਹੈ ਨਾ ਉਦਾਂ ਹੀ ਜਾਰੀ ਸਰਟੀਫਿਕੇਟ ਦਾ ਸਥਾਨ ਤੁਸੀਂ ਲਿਖ ਦੇਣਾ ਹੈ ਔਰ ਬਾਕੀ ਤੋਂ ਦੋ ਤੁਸੀਂ ਫੇਲ ਨਹੀਂ ਕਰਦੇ ਨੈਕਸਟ ਮੂਵ ਕਰਦੇ ਹਾਂ ਫਿਰ ਇੱਥੇ ਵੀ ਤੁਸੀਂ ਆਪਣੇ ਹਸਤਾਖਰ ਤੇ ਆਪਣਾ ਅੰਗੂਠਾ ਲਗਾ ਦੇਣਾ ਠੀਕ ਹੈ ਉ ਸੇਮ ਸੇਮ ਸਾਰੇ ਲਗਾਈ ਜਾਣਾ ਉਸ ਤੋਂ ਬਾਅਦ ਥਰਡ ਪੇਜ ਤੇ ਮੂਵ ਕਰਦੇ ਹਾਂ ਥਰਡ ਪੇਜ ਦੇ ਵਿੱਚ ਤੁਸੀਂ ਇੱਥੇ ਬੀਸੀ ਸਰਟੀਫਿਕੇਟ ਜਾਰੀ ਕਰਨ ਦੀ ਮਿਤੀ ਠੀਕ ਹੈ ਇਸ਼ੂ ਐਂਡ ਡੇਟ ਉਹਦਾ ਜਿਵੇਂ تحصیلਦਾਰ ਹੈ ਜਾਂ ਨਾਇਬ ਤਲਸੀਦਾਰ ਹੈ ਫਿਸਥਾਨ ਲੁਧਿਆਣਾ ਫਜ਼ਿਲકા ਜੋ ਵੀ ਹੈ ਤੁਹਾਡੀ ਆਮਦਨ ਜੋ ਵੀ ਤੁਹਾਡੀ ਹੈ ਜੇ ਤੁਹਾਡੇ ਕੋਲ ਸੈਲਰੀ ਸਰਟੀਫਿਕੇਟ ਤੁਸੀਂ ਬਣਵਾਇਆ ਹੈ ਤਾਂ ਉੱਥੋਂ ਦੇਖ ਕੇ ਫਿਲ ਕਰ ਦਿਓ ਵਰਨਾ ਤੁਸੀਂ ਜਦੋਂ ਵੀ ਕਦੇ ਬਣਵਾਉਂਗੇ ਨਾ ਆਪਣਾ ਸੈਲਰੀ ਸਰਟੀਫਿਕੇਟ ਤਾਂ ਉਹੀ ਸਲਾਨਾ ਆਮਦਨ ਇੱਥੇ ਮੈਂਸ਼ਨ ਕਰ ਦੇਣਾ ਠੀਕ ਹੈ ਜੋ ਤੁਸੀਂ ਉਹਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਕਦੇ ਵੀ ਫਿਲਹਾਲ ਇਹਦੀ ਲੋੜ ਨਹੀਂ ਹੈ ਸੈਲਰੀ ਸਰਟੀਫਿਕੇਟ ਲੈ ਕੇ ਜਾਣ ਦੀ ਬਟ ਤੁਸੀਂ ਉਸ ਹਿਸਾਬ ਨਾਲ ਹੀ ਬਣਾਉਣਾ ਕਿ ਜੇ ਤੁਹਾਡੇ ਕੋਲ ਕਦੇ ਪ੍ਰੂਫ ਵੀ ਮੰਗਣ ਤਾਂ ਤੁਸੀਂ ਉਹੀ ਪੜਨਾ ਜੋ ਕਿ ਤੁਸੀਂ ਬਣਵਾਉਂਗੇ ਠੀਕ ਹੈ ਨਾ ਉਸ ਤੋਂ ਬਾਅਦ ਕੈਟਾਗਰੀ ਸਵਤੰਤਰਤਾ ਸਨਾਨੀ ਜਿਹੜੇ ਵੀ ਇਹਦੇ ਵਿੱਚ ਵੀ ਜੇ ਤੁਸੀਂ ਬਨਵਾਇਆ ਹੈ ਅਧਿਕਾਰੀ ਤੋਂ ਤਾਂ ਉੱਥੇ ਉਹੀ ਇਸ਼ੂਅਨ ਸਟੇਟ ਉਹਦਾ ਦਾ ਉਹਦਾ ਤੇ ਸਥਾਨ ਤੇ ਰਿਸ਼ਤਾ ਤੁਹਾਡਾ ਕੀ ਲੱਗਦਾ ਉਹਨਾਂ ਸਵਤੰਤਰਤਾ ਸਨਾਨੀ ਨਾਲ ਤੁਹਾਡਾ ਰਿਸ਼ਤਾ ਕਿ ਤੁਹਾਡੇ ਪਾਪਾ ਆ ਤੁਹਾਡੇ ਭਰਾ ਆ ਜੋ ਜਿੱਦਾ ਵੀ ਆ ਨਾ ਉਸ ਤਰ੍ਹਾਂ ਉਸ ਤੋਂ ਬਾਅਦ ਕੈਟਾਗਰੀ სპੋਰਟਸ ਸਪੋਰਟਸ ਵਾਲੇ ਵੀ ਇਸ ਤਰ੍ਹਾਂ ਹੀ ਕਰਨਗੇ ਸੇਮ ਸੇਮ ਤੁਸੀਂ ਫਿਲ ਕਰ ਦੇਣਾ ਹੈ ਕਿ ਜਾਤੀ ਕਿਹੜੀ ਹੈ ਤੁਹਾਡੀ ਜਾਰੀ ਕਰਨ ਦੀ ਮਿਤੀ ਉਹਦਾ ਸਰਟੀਫਿਕੇਟ ਦਾ ਸਥਾਨ ਤੇ ਗ੍ਰੇਡ ਤੁਹਾਡਾ ਕੀ ਸੀ ਕਿਉਂਕਿ ਗ੍ਰੇਡ ਦੇ ਹਿਸਾਬ ਨਾਲ ਉੱਥੇ ਨੰਬਰ ਮਿਲਦੇ ਆ ਨਾ ਸਪੋਰਟਸ ਵਾਲਿਆਂ ਨੂੰ ਇਸ ਕਰਕੇ ਉਸ ਤੋਂ ਬਾਅਦ ਕੀ ਉਹ ਸਪੋਰਟਸ ਵੱਲੋਂ ਜਾਰੀ ਹੈ ਕਿ ਨਹੀਂ ਡਾਇਰੈਕਟਰ ਸਪੋਰਟ ਨੇ ਸਾਫ਼-ਸਾਫ਼ ਲਿਖਿਆ ਹੋਇਆ ਸੀ ਕਿ ਡਾਇਰੈਕਟਰ ਸਪੋਰਟਸ ਵੱਲੋਂ ਇਸ਼ੂ ਹੋਣਾ ਚਾਹੀਦਾ ਤੁਹਾਡਾ ਸਰਟੀਫਿਕੇਟ ਜਿਹੜਾ ਤਾਂ ਉਹ ਵੀ ਜ਼ਰੂਰ ਦੇਖਣਗੇ ਉਹ ਇਸੀ ਤਰ੍ਹਾਂ ਹੀ ਤੁਸੀਂ ਇਕਨੋਮਿਕਲ ਵੀਕਰ ਦਾ ਜੋ ਵੀ ਹੋਏਗਾ ਉਹ ਫਿਲ ਕਰ ਦੇਣਾ ਹੈ ਹੈਂਡੀਕੈਪ ਵਾਲਿਆਂ ਨੇ ਵੀ ਉਸੇ ਤਰ੍ਹਾਂ ਹੀ ਫਿਲ ਕਰਨਾ ਹੈ ਆਪਣਾ ਸਾਰਾ ਕੁਝ ਦੇਖ ਕੇ ਠੀਕ ਹੈ ਇੱਧਰ ਵੀ ਤੁਸੀਂ ਭਾਵੇਂ ਇੱਥੇ ਇੱਕ 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 ਹੀ ਚੀਜ਼ ਭਰੀ ਹੈ ਪਰ ਤੁਸੀਂ ਸਾਈਨ ਔਰ ਅੰਗੂਠਾ ਸਾਰੀ ਜਗ੍ਹਾ ਲਗਾ ਦੇਣਾ ਹੈ ਠੀਕ ਹੈ ਨਾ ਉਸ ਤੋਂ ਬਾਅਦ ਨੁਕਤਾ ਆ ਗਿਆ ਹੁਣ ਨੁਕਤਾ ਦੇ ਵਿੱਚ ਤੁਸੀਂ ਅਪਲਾਈ ਕੀਤੀ ਆਸਾਮੀ ਦਾ ਰਜਿਸਟ੍ਰੇਸ਼ਨ ਫਾਰਮ ਤੁਹਾਡੇ ਕੋਲ ਹੈ ਹਾਂਜੀ ਹੈ ਦਸਵੀਂ ਪਾਸ ਕਰਨ ਦਾ ਜਨਮ ਮਿਤੀ ਵਾਲਾ ਹਾਂਜੀ 12ਵੀਂ ਦਾ ਡੀਐਮਸੀ ਡਿਗਰੀ ਤੱਕ ਡਿਗਰੀ ਦਾ ਕੋਈ ਲੋੜ ਵਾਲਾ ਨਹੀਂ ਹੈ ਡੀਐਮਸੀ ਠੀਕ ਹੈ ਹਾਂਜੀ ਔਰ ਗ੍ਰੈਜੂਏਸ਼ਨ ਦੇ ਡੀਐਮਸੀ ਤੇ ਡਿਗਰੀ ਸਰਟੀਫିକੇਟਸ ਆ ਰਹੇ ਹਾਂਜੀ ਸਾਰੇ ਸਾਰੇ ਮੀਨਸ ਤੁਸੀਂ ਜਦੋਂ ਆਪਣੀ ਫਾਈਲ ਬਣਾਉਣੀ ਹੈ ਤਾਂ ਉਹਦੇ ਵਿੱਚ ਤਿੰਨੋਂ ਸਾਲਾਂ ਦੇ ਤੁਸੀਂ ਲਗਾਉਂਗੇ ਗ੍ਰੈਜੂਏਸ਼ਨ ਦੇ ਸਰਟੀਫਿਕੇਟ 1 2 3 ਠੀਕ ਹੈ ਨਾ ਐਮਏ ਦੇ ਵੀ ਇਸੇ ਤਰ੍ਹਾਂ 1 2 3 ਕਰਕੇ ਸਾਰੇ ਲਗਾਉਂਗੇ ਬੀਐਡ ਦੇ ਵੀ ਇਸ ਤਰ੍ਹਾਂ ਹੀ ਜਿੰਨੇ ਵੀ ਹੋਣਗੇ 1 2 3 4 ਜਿੱਦਾਂ ਕਰਕੇ ਸਾਰੇ ਲਗਾਉਂਗੇ ਦਸਵੀਂ ਦਾ ਡੀਐਮਸੀ ਔਰ ਡਿਗਰੀ ਸਾਰਾ ਕੁਝ ਜੋ ਜੋ ਇੱਥੇ ਫਿਲ ਕਰ ਰਹੇ ਹਾਂ ਉਹ ਸਾਰੇ ਸਰਟੀਫਿਕੇਟ ਤੁਸੀਂ ਆਪਣੀ ਫਾਈਲ ਦੇ ਵਿੱਚ ਪਾ ਲੈਣਾ ਠੀਕ ਹੈ ਨੈਕਸਟ ਬੀਐਡ हां بیا ਤਾਂ ਜੇ ਤੁਸੀਂ ਬਾਧੂ ਕੋਈ ਕੀਤਾ ਜਿਵੇਂ ਕਿਸੇ ਨੇ ਇੰਗਲਿਸ਼ ਐਡੀਸ਼ਨਲ ਕੀਤੀ ਹੈ ਜਾਂ ਪੰਜਾਬੀ ਐਡੀਸ਼ਨਲ ਕੀਤੀ ਹੈ ਉਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਪੀਐਸਟੈਟ 2 ਕਰਨ ਦਾ ਸਰਟੀਫਿਕੇਟ ਹੈ ਵੀ ਪੰਜਾਬੀ ਪਾਸ ਕਰਨ ਦਾ ਸਬੂਤ ਤੁਸੀਂ ਦਿੱਤਾ ਹੀ 10ਵੀਂ ਹੈ ਨਾ ਪੰਜਾਬ ਦੇ ਵਸਨੀਕ ਰੈ residențial ਸਰਟੀਫਿਕੇਟ ਹੋ ਗਿਆ ਜਿਹੜਾ ਤੁਸੀਂ ਦਿੱਤਾ ਉਹਦੇ ਅੱਗੇ ਹਾਂ ਕਰ ਦੇਣਾ ਬਾਕੀ ਛੱਡ ਦੇਣਾ ਐਦਾਂ ਅਨਿਲ ਕਰਕੇ ਠੀਕ ਹੈ ਨਾ ਅ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਸਮਝ ਨਹੀਂ ਆਏਗਾ ਉਹਨੂੰ ਛੱਡ ਦੇਣਾ ਉੱਥੇ ਜਾ ਕੇ ਬਹੁਤ ਟਾਈਮ ਲੱਗੇਗਾ ਬੱਚੇ ਤੋਂ ਕਿਸੇ ਤੋਂ ਪੁੱਛ ਕੇ ਫਿਲ ਕਰ ਲੈਣਾ ਇਹਦਾ ਗਲਤ ਨਾ ਅਪੀਲ ਕਰਨਾ ਠੀਕ ਹੈ ਨਾ ਉਸ ਤੋਂ ਬਾਅਦ ਇਦਾਂ ਹੀ ਸਵਤੰਤਰਤਾ ਸਨਾਨੀ ਬੀਸੀ ਐਸਸੀ ਜਿਹੜਾ ਤੁਹਾਡੇ ਕੋਲ ਸਰਟੀਫਿਕੇਟ ਹੈ ਸਪੋਰਟ ਦਾ ਐਲਸੀਡੀ ਐਲਡੀਸੀ ਇਸੀ ਐਸਐਮ ਅੰਗਹੀਨ ਦਾ ਜੇ ਕੋਈ ਹੋਰ ਜਿਹਦਾ ਲਾਭ ਮਿਲ ਸਕਦਾ ਹੋਵੇ ਤਾਂ ਅਪੀਲ ਕਰਨਾ ਹੈ ਤਾਂ ਇਹਨੂੰ ਤੁਸੀਂ ਜੇ ਤੁਹਾਨੂੰ ਨਾ ਸਮਝ ਆਵੇ ਛੱਡ ਦਿਓ ਔਰ ਤੁਸੀਂ ਆਪਣੇ ਪਰਫਾਰਮੈਂਸ ਸਮੇਤ ਸਾਰੇ ਸਕੈਨ ਕਰ ਦਿਓ ਦੇਖੋ ਜਦੋਂ ਤੁਸੀਂ ਅਪਲੋਡ ਕਰਾਣ ਚਾਹ ਰਹੇ ਜੇ ਤੁਹਾਡੇ ਤੋਂ ਘਰੇ ਨਹੀਂ ਹੋ ਰਿਹਾ ਤੁਸੀਂ ਕੈਫੇ ਵਾਲੇ ਤੋਂ ਕਰਵਾ ਲਓ ਤੁਹਾਡਾ ਕਰ ਦੇਗਾ 500 MB ਦੇ ਵਿੱਚ ਹੀ ਹੋ ਜਾਂਦੀ ਹੈ ਫਾਈਲ ਔਰ ਉਹ ਇਦਾਂ ਕੋਈ ਇਸ਼ੂ ਨਹੀਂ ਹੈ ਤੁਸੀਂ ਵਧੀਆ ਕਿਸੇ ਕਾਫੇ ਵਾਲੇ ਕੋਲ ਜਾਓਗੇ ਨਾ ਤੁਹਾਡੀ ਆਪੇ ਕਰ ਦੇਗਾ ਕੁਝ ਨਹੀਂ ਕਰਨਾ ਉਹ ਆਪੇ ਸਕੈਨ ਕਰ ਲੇਗਾ ਤੁਹਾਨੂੰ ਥੜੇ ਮੇਲ ਕਰ ਦੇਗਾ ਤੁਸੀਂ ਮੇਲ ਸੰਭਾਲ ਕੇ ਰੱਖ ਲਿਓ ਬਾਕੀ ਬਾਅਦ ਦੇ ਬਾਅਦ ਦੇ ਲਈ ਤੇ ਤੁਸੀਂ ਬਾਕੀ ਅਪਲੋਡ ਕਰ ਦਿਓ ਠੀਕ ਹੈ ਉਸ ਤੋਂ ਬਾਅਦ ਇੱਥੇ ਆਪਣਾ ਅੰਗੂਠਾ ਔਰ ਇੱਥੇ ਆਪਣੀ ਹਸਤਾਖਸ਼ਰ ਤੁਸੀਂ ਕਰ ਦੇਣਾ ਓਕੇ ਨੈਕਸਟ ਚਲਦੇ ਆਂ ਇਹ ਤਾਂ ਤੁਸੀਂ ਕੀ ਕਰਨਾ ਹੈ ਕਿ ਪੰਜਵੀਂ ਮੇਜ ਤੇ ਸਿਰਫ ਤੁਸੀਂ ਉਮੀਦਵਾਰ ਦਾ ਨਾਮ ਪਿਤਾ ਦਾ ਨਾਮ ਰਜਿਸਟ੍ਰੇਸ਼ਨ ਨੰਬਰ ਆਪਣਾ ਰੋਲ ਨੰਬਰ ਆਪਣਾ ਅਸਾਮੀ ਦਾ ਨਾਮ ਜਿਵੇਂ ਕਿ ਮਾਸਟਰ ਕਲਾ ਦੇ ਪੰਜਾਬੀ ਬਸ ਇਹਨਾਂ ਲਿਖ ਦੇਣਾ ਬਾਕੀ ਸਾਰਾ ਛੱਡ ਦੇਣਾ ਤੇ ਇਹ ਤੁਹਾਡਾ ਇਨਸਪੈਕਸ਼ਨ ਪਰਫਾਰਮਾ ਫੁੱਲ ਫਿਲ ਹੋ ਗਿਆ ਹੈ ਪੂਰਾ ਫਾਈਲ ਦੇ ਵਿੱਚ ਤੁਸੀਂ ਇਦਾਂ ਹੀ ਲਗਾ ਦੇਣਾ ਕਿ ਪਹਿਲੇ ਪਰਫਾਰਮੇ ਸਾਰੇ ਲਗਾ ਦੇਣਾ ਜਿਵੇਂ ਕਿ ਆਪਣਾ ਆ ਪੰਜ ਪੇਜਾ ਵਾਲਾ ਫਿਰ ਬੀਸੀ ਦਾ ਕਿਸੇ ਦਾ ਹੈ ਤਾਂ ਉਹ ਲਗਾ ਦਿਓ ਜਿਹੜਾ ਸਵੈ ਕੋਚਨ ਹੈ ਉਹ ਲਗਾ ਦਿਓ ਨਹੀਂ ਨਹੀਂ ਹੈ ਤੁਸੀਂ ਬੀਸੀ ਤੋਂ ਤਾਂ ਨਾ ਲਗਾਓ ਉਸ ਤੋਂ ਬਾਅਦ ਤੁਹਾਡਾ ਜਿਹੜਾ ਚਾਰ ਪੇਜਾਂ ਵਾਲਾ এডਿਕੇਸ਼ਨਲ ਪਰਫਾਰਮਾ ਹੈ ਉਹ ਫਿਲ ਕਰਕੇ ਰੱਖ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਜਿਹੜੇ ਵੀ ਤੁਹਾਡੇ ਪਰਪਰਮੇ ਨੇ ਪਹਿਲੇ ਉਹ ਸੈੱਟ ਕਰ ਦਿਓ ਉਸ ਤੋਂ ਬਾਅਦ ਤੁਸੀਂ ਆਪਣੇ ਫੀਸ ਦਾ ਐਡਮਿਟ ਕਾਰਡ ਐਪਲੀਕੇਸ਼ਨ ਫਾਰਮੇ ਸਾਰੇ ਲਗਾ ਦਿਓ ਉਸ ਤੋਂ ਬਾਅਦ ਤੁਸੀਂ 10ਵੀਂ 12ਵੀਂ ਦਾ ਫਿਰ ਉਸ ਤੋਂ ਬਾਅਦ ਬੀਏ ਦੇ ਤਿੰਨੋਂ ਸਾਲਾਂ ਦੇ ਫਿਰ ਉਹਨਾਂ ਦੀ ਡਿਗਰੀ ਫਿਰ ਐਮਏ ਦੇ ਬੀਏ ਦੇ ਸਾਰਿਆਂ ਦੇ ਫਿਰ ਆਪਣੀ ਡਿਗਰੀ ਅਗਰ ਐਮਏ ਕੀਤੀ ਹੈ ਤਾਂ ਐਮਏ ਦੇ ਸਾਰਿਆਂ ਦੇ ਉਹਦੀ ਡਿਗਰੀ ਲਗਾ ਦਿਓ ਉਸ ਤੋਂ ਬਾਅਦ ਪੀਐਸਟੈਟ ਲਗਾ ਦਿਓ ਉਸ ਤੋਂ ਬਾਅਦ ਤੁਸੀਂ ਆਪਣਾ ਰੈ residential ਔਰ ਬੈਕਵਰਡ ਕਲਾਸ ਜਿਹੜਾ ਹੈ ਉਹ ਲਗਾ ਦਿਓ ਠੀਕ ਹੈ ਇਸ ਤਰ੍ਹਾਂ ਤੁਹਾਡੀ ਫਾਈਲ ਪੂਰੀ ਰੈਡੀ ਹੋ ਜਾਣੀ ਔਰ ਐਂਡ ਦੇ ਵਿੱਚ ਤੁਸੀਂ ਆਪਣਾ ਹਾਈਲਾਈਟ ਕਰਕੇ ਆਪਣਾ ਰੋਲ ਜਿੱਦੇ ਤੇ ਤੁਹਾਡਾ ਰਿਜ਼ਲਟ ਆਇਆ ਹੈ ਨਾ ਉਹ ਪੇਜ ਤੁਸੀਂ ਐਂਡ ਦੇ ਵਿੱਚ ਅਪਲੋਡ ਕਰ ਉਹਦੇ ਵਿੱਚ ਫਾਈਲ 'ਚ ਲਗਾ ਕੇ ਔਰ ਅੱਗੇ ਤੁਸੀਂ ਆਪਣਾ ਪੇਸਟ ਔਨ ਸਕਰੂਟੀ ਫਾਈਲ ਲਗਾ ਕੇ ਇੱਕ ਤੁਹਾਡੀ ਫਾਈਲ ਪੂਰੀ ਬਣ ਕੇ ਰੈਡੀ ਕਰ ਲੈਣਾ ਤੁਹਾਡੀ ਫਾਈਲ ਪੂਰੀ ਰੈਡੀ ਹੋ ਚੁੱਕੀ ਹੈ ਐਂਡ ਜੇ ਤੁਸੀਂ ਦੂਜੀ ਜਿਹੜੀ ਆਪਣੀ ਅਸਲ ਡਾਕੂਮੈਂਟਡ ਤੁਸੀਂ ਦਿਖਾਣੇ ਨੇ ਉਹ ਉਹਨੂੰ ਵੀ ਇਦਾਂ ਸੈੱਟ ਕਰ ਲਿਓ ਕਿ ਜਿਵੇਂ ਕਿ ਅ ਪਹਿਲੇ ਤੁਹਾਡੇ 10ਵੀਂ 12ਵੀਂ ਉਹਦੇ ਵਿੱਚ ਵੀ ਜਿਹਨੇ ਤੁਸੀਂ ਪਹਿਲੇ ਪਰਫਾਰਮੇ ਉਹਦੇ ਚ ਤੁਹਾਡੇ ਪਹਿਲੇ ਸਾਰੇ ਸਰਟੀਫਿਕੇਟ ਤੇ 10ਵੀਂ ਦਾ 12ਵੀਂ ਦਾ ਬੀ ਦੇ ਸਾਰਿਆਂ ਦੇ ਫਿਰ ਉਸ ਤੋਂ ਬਾਅਦ ਉਹਦੀ ਡਿਗਰੀ ਫਿਰ ਬੀਏ ਦੇ ਸਾਰੇ ਉਹਦੀ ਡਿਗਰੀ ਫਿਰ ਪੀਐਸਟੈਟ 2 ਦੈਨ ਉਸ ਤੋਂ ਬਾਅਦ ਤੁਸੀਂ ਆਪਣਾ ਰੈ residen tial ਔਰ backward cast ਦਾ ਲਗਾ ਕੇ ਉਹਦੇ ਵਿੱਚ ਰੱਖ ਲਿਓ ਠੀਕ ਹੈ ਨਾ ਥੋੜਾ ਕੋ ਐਡੀਸ਼ਨਲ ਹੋ ਰੱਖ ਲਿਓ ਬਸ